ਸਾਡਾ ਪਿਛਲਾ ਪਿੰਡ ਜਾਮਣਿਆ ਜ਼ਿਲ੍ਹਾ ਲਾਹੌਰ, ਉਦੋਂ ਤਹਿਸੀਲ ਕਸੂਰ ਸੀ, ਹੁਣ ਤਹਿਸੀਲ ਕਾਉਂਦ, ਹੁਣ ਸਾਂਡਪੁਰਾ ਪਿੰਡ ਸਾਂਡਪੁਰਾ, ਭਿੱਖੀ ਪਿੰਡ ਤਹਿਸੀਲ ਭਿੱਖੀ, ਜ਼ਿਲ੍ਹਾ ਤਰਨਤਾਰਨ ਬਣ ਗਿਆ। ਅੱਛਾ, ਗੁਰਤਰਨ ਸਿੰਘ ਮੇਰਾ ਨਾਮ ਆ, ਇੱਥੋਂ ਦੇ ਜੱਦੀ ਪੁਰਸ਼ੀ ਜਾਮਣ ਦੇ ਨੰਬਰਦਾਰ ਆ ਸੀ, ਨੰਬਰਦਾਰ ਚੰਦਾ ਸਿੰਘ, ਨੰਬਰਦਾਰ ਗੁਰਦਿੱਤ ਸਿੰਘ, ਨੰਬਰਦਾਰ ਸ਼ਾਮ ਸਿੰਘ ਦਾ ਬੇਟਾ ਮੈਂ, ਗੁਰਕਰਨ ਸਿੰਘ ਮੇਰਾ ਨਾਮ ਹੈ। ਇੱਥੇ ਕਿੱਧਰ ਵਿਆਹੇ ਹੋਏ ਹੋ ਤੁਸੀਂ? ਮੈਂ ਇਹ ਦਿਆਲਪੁਰ ਗਿਆ, ਦਾ ਰਿਸ਼ਤੇਦਾਰ ਹੈ ਇਹਨਾਂ ਦਾ, ਇੰਡੀਆ ਦੇ ਵਿੱਚ ਜਿਹੜੇ ਆਦਮੀ ਰਹਿੰਦੇ ਦਿਆਲਪੁਰੇ, ਉਹਨਾਂ ਵੱਲੇ ਮੈਂ ਵਿਆਹ, ਉਹਨਾਂ ਦੀ ਲੜਕੀ ਮੇਰੇ ਘਰ ਆ। ਮੇਰਾ ਨਾਮ ਗੁਰਕਰਨ ਸਿੰਘ ਆ, ਉਸਦੇ ਨਾਂ ਚਰਨੋ ਆ। ਅਤੇ ਇੱਥੇ ਰਿਸ਼ਤੇਦਾਰ ਕਿਹੜੇ ਆ ਤੁਹਾਡੇ? ਰਿਸ਼ਤੇਦਾਰ ਮੇਰਾ ਹੈਗਾ ਫਰਜ਼ਾਕ ਮੁਹੰਮਦ, ਨਾਸਰ ਅਲੀ, ਦੂਜੇ ਨਾਂ ਸੀ ਤਹਿਸੀਲਦਾਰ ਦੇ ਨਾਂ, ਹੁਣ ਤਹਿਸੀਲਦਾਰ ਆਸ਼ੀਦਾਰ ਅਸਲਮ, ਨਾ ਨਾ ਅਸਲਮ ਨੀ, ਅਸ਼ਰਫ ਅਲੀ, ਅਸ਼ਰਫ ਅਲੀ, ਉਸਦੇ ਲੜਕੇ ਆ। ਜਾਂਦਾ
ਸਾਹਿਬ ਜੀ ਸਾਬਤ ਮਾਈ ਵੈਸਾ ਦੱਸਿਆ ਦੇ ਜਲਾਈ ਤੇ ਦਰਵਾਜ਼ੇ ਤੇ ਪੈਰ ਕੀਤਾ ਤੇ ਆ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰਿਕ ਪਲ ਜੀ ਪਲ ਜੀ ਜਿਹਨਾਂ ਸਿੰਘਾਂ ਸਿਮੜੀਆਂ ਨੇ ਧਾਰੀਆਂ ਸੀਸ ਦਿੱਤਾ ਬੰਦ ਬੰਦ ਕਟਾਏ ਖੋਹੀਆਂ ਲਮਾਈਆਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਾਰਿਕ ਬਲ ਜੀ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੈ ਸਦੇ ਆਵਨ ਕਾ ਸਦਕਾ ਸਭ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਜੇ ਤਾਹਾਂ ਤਾਹਾਂ ਰੱਖੇ ਆਰਿਆਤ ਦੇਖੇ ਪਵੈ ਬਿਰਦ ਜੀ ਪੈਜ ਪੰਥੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਬੋਲੋ ਜੀ ਜੋ ਜੋਗ ਆਕਾਰ ਸਿੱਖਾਂ ਦਾ ਮਾਨਣੀ